ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਕੀਤਾ। ਇਹਦਾ ਰੀਕਾਲ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜੜ ਤੇ ਕੀ ਕਲੀਅਰ ਕੀਤਾ। ਇਦਾਂ ਇਦਾਂ ਦਾ ਕੁਝ ਨਹੀਂ ਆ, ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ। ਇਹ ਇੱਕ ਪਰਸਨ ਸਾਡੇ ਇੱਕ ਇੰਸੀਡੈਂਟ ਹੋਇਆ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ। ਉੱਥੇ ਇੱਕ ਸੈਕਿੰਡ ਈਅਰ ਸਟੂਡੈਂਟ ਸੀ ਅਤੇ ਉਹ ਆਪਣੇ ਆਫ ਆਪਣੀ ਸ਼ਿਫਟ ਖਤਮ ਕਰਕੇ ਰਾਤ ਨੂੰ ਤਕਰੀਬਨ 10 ਵਜੇ ਆਪਣੇ ਹੋਸਟਲ ਜਾ ਰਹੀ ਸੀ ਬਾਈ ਸਕੂਟੀ 'ਤੇ। ਅਤੇ ਉਹਦੇ ਕਹਿਣ ਦੇ ਮੁਤਾਬਿਕ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਅਤੇ ਮੇਰੇ ਇੱਥੋਂ ਅਟੈਂਪਟ ਕਰਕੇ ਅਤੇ ਅੱਗੇ ਭੱਜ ਗਿਆ। ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ, ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੈਚਿੰਗ ਕਰਨ ਦੇ ਨੀਅਤ ਦੇ ਨਾਲ ਵੀ ਹੋ ਸਕਦਾ ਹੈ। ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਦਿੱਤਾ। ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਜੀ 102/24 ਅੰਡਰ ਸੈਕਸ਼ਨ BNS 75 ਦੇ ਵਿੱਚ। ਅਤੇ ਡਿਊਰਿੰਗ ਅਸੀਂ ਸਾਡੀ ਤਫਤੀਸ਼ ਚੱਲਦੀ ਪਈ ਹੈ ਅਤੇ ਸਾਨੂੰ ਕਾਫੀ ਹੱਦ ਤੱਕ ਸੀਸੀਟੀਵੀ ਫੁਟੇਜ ਕਲੀਅਰ ਹੋ ਗਈਆਂ। ਸਾਡੀਆਂ 6-7 ਟੀਮਾਂ ਇਸੇ ਕੰਮ ਦੇ ਵਿੱਚ। ਕਿੰਨੇ ਲੜਕੇ ਸਨ ਤੇ ਕਿਆ ਦੇ ਉੱਪਰ ਆਏ ਸੀ? ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ। ਪਰ ਸੋਸ਼ਲ ਮੀਡੀਆ ਤੇ ਜੋ ਖਬਰਾਂ ਚੱਲੀਆਂ ਕਿ ਲੜਕੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜੜ ਤੇ ਕੀ ਕਲੀਅਰ ਕੀਤਾ। ਇਦਾਂ ਦਾ ਕੁਝ ਨਹੀਂ ਆ, ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਆ। ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ। ਐਫਆਈਆਰ ਦਰਜ ਹੋ ਗਈ? ਹਾਂਜੀ, ਐਫਆਈਆਰ ਦਰਜ ਹੋ ਗਈ। ਸਰ ਕਿਸ ਦਿਨ ਦੀ ਘਟਨਾ ਹੈ ਜੀ? ਇਹ ਪਰਸੋਂ ਦੀ ਜੀ, ਪਰਸੋਂ ਰਾਤ। ਮੈਂ ਅਪੀਲ ਇਹ ਕਰਨਾ ਚਾਹੁੰਦਾ ਹਾਂ ਕਿ ਗਲਤ ਫਵਾਹਾਂ ਦੇ ਉੱਪਰ ਜ਼ੋਰ ਨਾ ਦਿਓ। ਜੋ ਸੱਚ ਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹੋਇਆ, ਇੱਦਾਂ ਦਾ ਕੁਛ ਨਹੀਂ ਹੈ। ਬਿਲਕੁਲ ਸੇਫ ਹੈਗਾ, ਸੇਫ ਹੋਸਟਲ ਹੈ। ਸਾਡੇ CP ਸਾਹਿਬ ਬੜੇ ਸਖਤ ਨੇ ਇਸ ਕੰਮਾਂ ਦੇ ਵਿੱਚ, ਉਹਨਾਂ ਦੀਆਂ ਕਲੀਅਰ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰੋ। ਇਹ ਮੈਡੀਕਲ ਸਟੂਡੈਂਟ ਹੈ ਸਰ? ਜੀ, ਮੈਡੀਸਨ ਦੀ। ਅਤੇ CCTV ਕੋਈ ਸਾਹਮਣੇ ਆਈ? ਹਾਂਜੀ ਹਾਂਜੀ, CCTV ਫੋਟੋ ਆਈ ਹੈ ਸਾਹਮਣੇ ਤੁਹਾਡੇ ਨਾਲ। ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਾਂਗਾ। ਥੈਂਕ ਯੂ ਸਰ। ਇਹ ਇੱਕ ਪਰਸਨ ਸਾਡੇ ਇੱਕ ਇੰਸੀਡੈਂਟ ਹੋਇਆ ਗੁਰੂ ਨਾਨਕ ਦੇਵ ਹੋਸਪਿਟਲ ਦੇ ਵਿੱਚ। ਉੱਥੇ ਇੱਕ ਸੈਕਿੰਡ ਈਅਰ ਸਟੂਡੈਂਟ ਸੀ ਅਤੇ ਉਹ ਆਪਣੇ ਆਫ ਆਪਣੀ ਸ਼ਿਫਟ ਖਤਮ ਕਰਕੇ ਰਾਤ ਨੂੰ ਤਕਰੀਬਨ 10 ਵਜੇ ਆਪਣੇ ਹੋਸਟਲ ਜਾ ਰਹੀ ਸੀ ਬਾਈ ਸਕੂਟੀ 'ਤੇ। ਅਤੇ ਉਹਦੇ ਕਹਿਣ ਦੇ ਮੁਤਾਬਿਕ ਇੱਕ ਮੁੰਡਾ ਮੋਟਰਸਾਈਕਲ ਦੇ ਪਿੱਛੇ ਆਇਆ ਅਤੇ ਮੇਰੇ ਇੱਥੋਂ ਅਟੈਂਪਟ ਕਰਕੇ ਅਤੇ ਅੱਗੇ ਭੱਜ ਗਿਆ। ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਦੋ ਚੀਜ਼ਾਂ ਸਾਹਮਣੇ ਆ ਰਹੀਆਂ। ਉਹ ਉਸ ਸਾਈਡ ਦੇ ਵਿੱਚ ਇਹਦਾ ਇਹਨਾਂ ਦਾ ਸਲਿੰਗ ਬੈਗ ਵੀ ਇੱਕ ਬੈਗ ਵੀ ਲਾਇਆ ਹੋਇਆ ਸੀਗਾ, ਜਿਹੜਾ ਬੈਗ ਹੋ ਸਕਦਾ ਕਿ ਉਹ ਮੁੰਡਾ ਸਨੈਚਿੰਗ ਕਰਨ ਦੇ ਨੀਅਤ ਦੇ ਨਾਲ ਵੀ ਹੋ ਸਕਦਾ ਹੈ। ਬਟ ਐਸਾ ਕੋਈ ਨਹੀਂ ਹੈ ਕਿ ਉਹਨੂੰ ਛੇੜਿਆ ਜਾਂ ਕੋਈ ਹੋਰ ਤਰੀਕੇ ਦੇ ਨਾਲ ਉਹਨੂੰ ਦਿੱਤਾ। ਪੁਲਿਸ ਵੱਲੋਂ ਇਮੀਡੀਏਟਲੀ ਐਫ ਆਈ ਆਰ ਲਾਂਚ ਕਰ ਦਿੱਤੀ ਗਈ ਹੈ ਜੀ 102/24 ਅੰਡਰ ਸੈਕਸ਼ਨ BNS 75 ਦੇ ਵਿੱਚ। ਅਤੇ ਡਿਊਰਿੰਗ ਅਸੀਂ ਸਾਡੀ ਤਫਤੀਸ਼ ਚੱਲਦੀ ਪਈ ਹੈ ਅਤੇ ਸਾਨੂੰ ਕਾਫੀ ਹੱਦ ਤੱਕ CCTV ਫੁਟੇਜ ਕਲੀਅਰ ਹੋ ਗਈਆਂ। ਸਾਡੀਆਂ 6-7 ਟੀਮਾਂ ਇਸੇ ਕੰਮ ਦੇ ਵਿੱਚ। ਕਿੰਨੇ ਲੜਕੇ ਸਨ ਤੇ ਕਿਆ ਦੇ ਉੱਪਰ ਆਏ ਸੀ? ਇਹ ਇਕੱਲਾ ਸਿੰਗਲ ਇੱਕ ਮੁੰਡਾ ਸੀ ਤੇ ਬਾਈਕ ਤੇ ਆਇਆ ਸੀ। ਪਰ ਸੋਸ਼ਲ ਮੀਡੀਆ ਤੇ ਜੋ ਖਬਰਾਂ ਚੱਲੀਆਂ ਕਿ ਲੜਕੀ ਦਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਆਪਣੀ ਭੱਜ ਕੇ ਜੜ ਤੇ ਕੀ ਕਲੀਅਰ ਕੀਤਾ। ਇਦਾਂ ਦਾ ਕੁਛ ਨਹੀਂ ਆ, ਤੁਸੀਂ CCTV ਫੁਟੇਜ ਦੇ ਵਿੱਚ ਦੇਖ ਸਕਦੇ ਹੋ। ਇਹਦੇ ਵਿੱਚ ਚੱਲਦੇ ਮੋਟਰਸਾਈਕਲ ਦੇ ਉੱਪਰ ਇਹ ਚੀਜ਼ ਹੋਈ ਆ। ਜਿਹੜਾ ਦੋਸ਼ੀ ਸੀ ਉਹ ਮੋਟਰਸਾਈਕਲ ਦੇ ਉੱਪਰ ਚੱਲਦਾ ਪਿਆ ਸੀ ਤੇ ਬੇਟੀ ਵੀ ਚੱਲਦੀ ਸਕੂਟੀ ਦੇ ਉੱਪਰ ਸੀ। ਐਫਆਈਆਰ ਦਰਜ ਹੋ ਗਈ? ਹਾਂਜੀ, ਐਫਆਈਆਰ ਦਰਜ ਹੋ ਗਈ। ਸਰ ਕਿਸ ਦਿਨ ਦੀ ਘਟਨਾ ਹੈ ਜੀ? ਇਹ ਪਰਸੋਂ ਦੀ ਜੀ, ਪਰਸੋਂ ਰਾਤ। ਕੋਈ ਅਪੀਲ ਕਰਨਾ ਚਾਹੋਗੇ? ਮੈਂ ਅਪੀਲ ਇਹ ਕਰਨਾ ਚਾਹੁੰਦਾ ਹਾਂ ਕਿ ਗਲਤ ਫਵਾਹਾਂ ਦੇ ਉੱਪਰ ਜ਼ੋਰ ਨਾ ਦਿਓ। ਜੋ ਸੱਚ ਆ ਮੈਂ ਤੁਹਾਡੇ ਸਾਹਮਣੇ ਰੱਖ ਚੁੱਕਾ ਹੋਇਆ, ਇੱਦਾਂ ਦਾ ਕੁਛ ਨਹੀਂ ਹੈ। ਬਿਲਕੁਲ ਸੇਫ ਹੈਗਾ, ਸੇਫ ਹੋਸਟਲ ਹੈ। ਸਾਡੇ CP ਸਾਹਿਬ ਬੜੇ ਸਖਤ ਨੇ ਇਸ ਕੰਮਾਂ ਦੇ ਵਿੱਚ, ਉਹਨਾਂ ਦੀਆਂ ਕਲੀਅਰ ਡਾਇਰੈਕਸ਼ਨਸ ਹੈਗੀਆਂ ਕਿ ਇਹਨਾਂ ਨੂੰ ਪੂਰੀ ਸੇਫਟੀ ਪ੍ਰੋਵਾਈਡ ਕਰੋ। ਇਹ ਮੈਡੀਕਲ ਸਟੂਡੈਂਟ ਹੈ ਸਰ? ਜੀ, ਮੈਡੀਸਨ ਦੀ। ਅਤੇ CCTV ਕੋਈ ਸਾਹਮਣੇ ਆਈ? ਹਾਂਜੀ ਹਾਂਜੀ, CCTV ਫੋਟੋ ਆਈ ਹੈ ਸਾਹਮਣੇ ਤੁਹਾਡੇ ਨਾਲ। ਮੈਂ ਵੀਡੀਓ ਵੀ ਫੋਟੋ ਵੀ ਸ਼ੇਅਰ ਕਰ ਦਾਂਗਾ। ਥੈਂਕ ਯੂ ਸਰ।